ਫਿਰੋਜ਼ਪੁਰ ਦੇ ਇੱਕ ਪਿੰਡ ਦੇ ਕੋਲ ਚਲਦੀ ਗੱਡੀ ਨੂੰ ਇੰਨੀ ਭਿਆਨਕ ਅੱਗ ਲੱਗੀ ਕਿ ਪਰਿਵਾਰਕ ਮੈਂਬਰ ਬਹੁਤ ਮੁਸ਼ਕਲ ਨਾਲ ਤਾਂ ਬਾਹਰ ਨਿਕਲੇ ਪਰ ਅਗਲੀ ਸੀਟ ਤੇ ਬੈਠੀ 4 ਸਾਲਾਂ ਮਾਸੂਮ ਬੱਚੀ ਨੂੰ ਬਾਹਰ ਨਾ ਕੱਢ ਪਏ। ਗੱਡੀ ਦੇ ਜਿਹੜੇ ਦਰਵਾਜ਼ੇ ਆ ਉਹ ਲੋਕ ਹੋ ਜਾਂਦੇ ਹਨ ਜਿਸ ਤੋਂ ਬਾਅਦ ਝੁਲਸ ਕੇ ਉਸ ਬੱਚੀ ਦੀ ਮਾਸੂਮ ਬੱਚੀ ਦੀ ਦਰਦਨਾਕ ਮੌਤ ਹੋ ਜਾਂਦੀ ਹੈ। ਤਾਂ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਹਨ ਮੌਕੇ ਦੀ, ਜਿਹੜੀ ਇਹ ਤਸਵੀਰ ਹੈ ਜਦੋਂ ਗੱਡੀ ਨੂੰ ਭਿਆਨਕ ਅੱਗ ਲੱਗੀ ਤਾਂ ਚੀਕ ਚਿਹਾੜੇ ਦੇ ਨਾਲ ਉਸ ਮਾਸੂਮ ਬੱਚੀ ਬੁਰੀ ਤਰ੍ਹਾਂ ਝੁਲਸ ਗਈ ਜਿਸ ਤੋਂ ਬਾਅਦ ਉਸ ਦੀ ਦਰਦਨਾਕ ਮੌਤ ਹੋ ਜਾਂਦੀ ਹੈ। ਔਰ ਤਸਵੀਰਾਂ ਬਹੁਤ ਭਿਆਨਕ ਨੇ, ਪੰਜਾਬ 'ਚ ਬਹੁਤ ਵੱਡੀ ਵਾਰਦਾਤ ਕਹੀ ਜਾ ਸਕਦੀ ਹੈ ਇੱਕ ਤਰ੍ਹਾਂ ਦੀ ਹੋਈ ਹੈ। ਤਾਂ ਸਾਰੀ ਜਾਣਕਾਰੀ ਤੁਹਾਨੂੰ ਦਿੰਦੇ ਹਾਂ ਕਿ ਇੱਕ ਪਰਿਵਾਰ ਧਰਮਕੋਟ ਆਇਆ ਸੀ ਆਪਣੇ ਰਿਸ਼ਤੇਦਾਰੀ 'ਤੇ ਔਰ ਫਰੀਦਕੋਟ ਦਾ ਰਹਿਣ ਵਾਲਾ ਪਰਿਵਾਰ ਸੀ। ਜਦੋਂ ਇਹ ਪਰਿਵਾਰ ਵਾਪਸ ਜਾ ਰਿਹਾ ਸੀ ਤਾਂ ਅਚਾਨਕ ਤਕਨੀਕੀ ਖਰਾਬ ਵੀ ਹੋਣ ਕਰਕੇ ਇਸ ਸ਼ਖਸ ਨੇ ਆਪਣੀ ਗੱਡੀ ਸਾਈਡ 'ਤੇ ਲਾਈ ਪਰ ਇਹਨੇ ਨੂੰ ਗੱਡੀ ਨੂੰ ਅੱਗ ਲੱਗ ਗਈ ਜਿਸ ਤੋਂ ਬਾਅਦ ਪੂਰੀ ਗੱਡੀ ਅੱਗ ਦੀਆਂ ਲਪਟਾਂ 'ਚ ਜਿਹੜੀ ਹੈ ਘੇਰ ਲੈਂਦੀ ਹੈ ਔਰ 4 ਤੋਂ 5 ਸਾਲਾਂ ਦੀ ਮਾਸੂਮ ਬੱਚੀ ਅੱਗ ਵਿੱਚ ਝੁਲਸਣ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ। ਉਸ ਨੂੰ ਬਾਹਰ ਕੱਢਣ 'ਚ ਨਾਕਾਮਯਾਬ ਹੋਏ। ਦੱਸਿਆ ਜਾ ਰਿਹਾ ਹੈ ਕਿ 3 ਬੱਚੇ ਸੀ ਇਸ ਪਰਿਵਾਰਕ ਮੈਂਬਰਾਂ ਦੇ। ਤਾਂ ਟੀਮ ਨੂੰ ਗੁਜ਼ਾਰਿਸ਼ ਹੈ ਕਿ ਤਸਵੀਰਾਂ ਦਿਖਾਈਆਂ ਜਾਣ ਜਿਸ 'ਚ ਅੱਗ ਲੱਗੀ ਹੈ, ਗੱਡੀ ਨੂੰ ਅੱਗ ਲੱਗਣ ਵਾਲੀ ਤਸਵੀਰਾਂ ਦਿਖਾਈਆਂ ਜਾਣ ਜਿਸ 'ਚ ਅੱਗ ਲੱਗੀ ਹੈ। ਤਾਂ ਮੌਕੇ ਦੀ ਤਸਵੀਰ ਦਿਖਾ ਰਹੇ ਹਾਂ। ਫਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਦੇ ਨਜ਼ਦੀਕ ਇੱਕ ਵੱਡਾ ਦਰਦਨਾਕ ਹਾਦਸਾ ਵਾਪਰਿਆ। ਫਿਰੋਜ਼ਪੁਰ ਦੇ ਪਿੰਡ ਕੋਟ ਕਰੋੜ ਦੇ ਨਜ਼ਦੀਕ ਅਚਾਨਕ ਤੁਰੀ ਜਾਂਦੀ ਗੱਡੀ ਨੂੰ ਅੱਗ ਲੱਗ ਗਈ। ਗੱਡੀ ਵਿੱਚ ਰਹਿਣ ਕਾਰਨ ਕਰੀਬ 4 ਤੋਂ 5 ਸਾਲ ਦੀ ਬੱਚੀ ਦੱਸੀ ਜਾ ਰਹੀ ਹੈ ਇਸ ਦੀ ਦਰਦਨਾਕ ਮੌਤ ਹੋਈ ਹੈ। ਮੇਰੀ ਜਾਣਕਾਰੀ ਅਨੁਸਾਰ ਸਾਨੂੰ ਪਤਾ ਲੱਗਿਆ ਕਿ ਗੁਰਜੀਤ ਸਿੰਘ ਫਰੀਦਕੋਟ ਦਾ ਰਹਿਣ ਵਾਲਾ ਹੈ। ਉਸ ਦਾ ਇੱਕ ਪੁੱਤਰ ਤੇ 3 ਬੇਟੀਆਂ ਔਰ ਉਸ ਦੀ ਪਤਨੀ ਉਹ ਧਰਮਕੋਟ ਗਏ ਸੀ, ਜਿਸ ਤੋਂ ਬਾਅਦ ਉਹ ਜਦੋਂ ਵਾਪਸ ਆ ਰਹੇ ਸੀ ਫਰੀਦਕੋਟ ਤਾਂ ਤਲਵੰਡੀ ਭਾਈ ਦੇ ਕੋਲ ਪਿੰਡ ਕੋਟ ਕਰੋੜ ਦੇ ਨਜ਼ਦੀਕ ਉਹਨਾਂ ਦੀ ਕਾਰ ਵਿੱਚ ਅਚਾਨਕ ਕੋਈ ਨੁਕਸ ਪੈ ਗਿਆ ਅਤੇ ਜਿਵੇਂ ਹੀ ਉਹ ਆਪਣੀ ਕਾਰ ਸੜਕ ਕਿਨਾਰੇ ਖੜ੍ਹੀ ਕਰ ਬਾਹਰ ਨਿਕਲਿਆ ਤਾਂ ਅਚਾਨਕ ਕਾਰ ਨੂੰ ਅੱਗ ਲੱਗ ਗਈ। ਕਾਰ ਦੀ ਪਿਛਲੀ ਸੀਟ 'ਤੇ ਬੈਠੀ ਉਸ ਦੀ ਪਤਨੀ, 2 ਲੜਕੀਆਂ ਅਤੇ 1 ਮੁੰਡਾ ਸਮੇਤ ਉਹ ਗੱਡੀ 'ਚ ਬੈਠੇ ਅੱਗੇ ਅੱਗ ਦੌਰਾਨ ਬਾਹਰ ਨਿਕਲ ਆਏ ਪਰ ਇਸੇ ਦੌਰਾਨ ਕਾਰ ਦੀਆਂ ਬਾਰੀਆਂ ਜਾਮ ਹੋਣ ਕਾਰਨ ਕਾਰ ਦੀ ਅਗਲੀ ਸੀਟ 'ਤੇ ਬੈਠੀ 4 ਤੋਂ 5 ਸਾਲਾਂ ਦੀ ਮਾਸੂਮ ਬੱਚੀ ਤਰਨਵੀਰ, ਨਾਮ ਦੱਸਿਆ ਜਾ ਰਿਹਾ ਤਰਨਵੀਰ ਉਰਫ ਤਨੂ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ। ਉਹ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਹੀ ਸੜ ਗਈ, ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਥਾਣਾ ਤਲਵੰਡੀ ਭਾਈ ਦੀ ਮੁਖੀ SHO ਵੀ ਪਹੁੰਚਦੇ ਨੇ। ਦੱਸਿਆ ਜਾ ਰਿਹਾ ਕਿ ਪਤਨੀ ਪਿਛਲੇ ਸੀਟ 'ਤੇ ਆਪਣੇ ਬਾਕੀ ਦੇ 3 ਬੱਚਿਆਂ ਨੂੰ ਲੈ ਕੇ ਬੈਠੀ ਹੋਈ ਸੀ। 2 ਕੁੜੀਆਂ ਅਤੇ 1 ਮੁੰਡੇ ਨੂੰ ਤਾਂ ਉਸ ਦੀ ਪਤਨੀ ਬਾਹਰ ਕੱਢ ਲਿਆਈ ਪਰ ਤਰਨਵੀਰ ਅਗਲੀ ਸੀਟ 'ਤੇ ਆਪਣੇ ਪਿਤਾ ਨਾਲ ਬੈਠੀ ਸੀ ਜਿਸ ਦੀ ਦਰਦਨਾਕ ਮੌਤ ਹੋ ਗਈ। ਬਾਰੀ ਜਿਹੜੇ ਆ ਦਰਵਾਜ਼ੇ ਲੋਕ ਹੋ ਗਏ, ਉਹ ਉਸ ਨੂੰ ਬਾਹਰ ਨਾ ਕੱਢ ਪਾਏ ਤਾਂ ਜਿਸ ਤੋਂ ਬਾਅਦ ਉਸਨੇ ਉੱਥੇ ਦਮ ਤੋੜ ਦਿੱਤਾ। ਤਾਂ ਕਿਹਾ ਜਾਵੇ ਤਾਂ ਬਹੁਤ ਵੱਡਾ ਘਾਟਾ ਪਰਿਵਾਰ ਨੂੰ ਜੋ ਇਹ ਪਿਆ ਹੈ, ਤਾਂ ਬੇਹੱਦ ਦਰਦਨਾਕ ਹਾਦਸਾ ਕਿਹਾ ਜਾ ਸਕਦਾ ਹੈ ਜੋ ਇਸ ਵਕਤ ਪਰਿਵਾਰ ਨੂੰ ਪਿਆ ਹੈ। ਇਸਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਗੱਡੀ ਨੂੰ ਤੁਸੀਂ ਦੇਖ ਸਕਦੇ ਹੋ ਅੱਗ ਦੀਆਂ ਕਿਵੇਂ ਲਪਟਾਂ ਘੇਰ ਰਹੀਆਂ ਨੇ। ਸਵਿਫਟ ਗੱਡੀ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਜਾਂਦੀ ਹੈ। ਤਾਂ ਫਾਇਰ ਬ੍ਰਿਗੇਡ ਦੀ ਜਿਹੜੀ ਉੱਥੇ ਛੋਟੀਆਂ ਮਸ਼ੀਨਾਂ ਪਰ ਉਹ ਵੀ ਕਿਸੇ ਕੰਮ ਨਾ ਆਈਆਂ ਕਿਉਂਕਿ ਗੱਡੀ ਨੂੰ ਅੱਗ ਹੀ ਇੰਨੀ ਭਿਆਨਕ ਲੱਗ ਚੁੱਕੀ ਸੀ ਤਾਂ ਫਾਇਰ ਬ੍ਰਿਗੇਡ ਵੀ ਮੌਕੇ 'ਤੇ ਨਾ ਪਹੁੰਚ ਸਕੀ ਔਰ ਇਸ ਮਾਸੂਮ ਬੱਚੀ ਦੀ ਝੁਲਸ ਕੇ ਦਰਦਨਾਕ ਮੌਤ ਹੋ ਗਈ। ਸੜ ਕੇ ਸਵਾਹ ਹੋ ਗਈ 4 ਸਾਲਾਂ ਦੀ ਇਹ ਮਾਸੂਮ ਬੱਚੀ। ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿੰਨਾ ਭਿਆਨਕ ਦਰਦਨਾਕ ਹਾਦਸਾ ਵਾਪਰਿਆ। ਤਲਵੰਡੀ ਦੇ ਕੋਲ ਇਸ ਦੀਆਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ। ਫਿਰੋਜ਼ਪੁਰ ਦੇ ਨਜ਼ਦੀਕ ਇਹ ਹਾਦਸਾ ਹੋਇਆ ਹੈ। ਇਹ ਪਰਿਵਾਰ ਧਰਮਕੋਟ ਗਿਆ ਸੀ ਆਪਣੇ ਰਿਸ਼ਤੇਦਾਰੀ 'ਤੇ ਔਰ ਫਰੀਦਕੋਟ ਜਦੋਂ ਵਾਪਸ ਆ ਰਹੇ ਸੀ ਤਾਂ ਉਦੋਂ ਉਹਨਾਂ ਦੇ ਨਾਲ ਇਹ ਹਾਦਸਾ ਹੋਇਆ। ਹਾਦਸੇ 'ਚ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਪਤਨੀ ਔਰ ਉਹਨਾਂ ਦਾ ਪਤੀ ਪਤਨੀ ਔਰ 4 ਬੱਚੇ ਉਹਨਾਂ ਦੇ, 3 ਬੱਚਿਆਂ ਨੂੰ ਤਾਂ ਮਹਿਫੂਜ਼ ਬਚਾ ਲਿਆ ਗਿਆ ਪਰ ਬਹੁਤ ਹੀ ਵੱਡਾ ਹਾਦਸਾ ਹੋਇਆ ਕਿ ਉਹ ਆਪਣੀ ਤਰਨਵੀਰ ਮਾਸੂਮ 4 ਸਾਲਾਂ ਦੀ ਬੱਚੀ ਨੂੰ ਨਾ ਬਚਾ ਸਕੇ ਜਿਸ ਤੋਂ ਬਾਅਦ ਇਹ ਹਾਦਸਾ ਹੋਇਆ। ਤਾਂ ਤਮਾਮ ਤਸਵੀਰਾਂ ਵੀ ਮੌਕੇ ਦੀਆਂ ਲਾਈਵ ਦਿਖਾ ਰਹੇ ਹਾਂ ਤੁਹਾਨੂੰ। ਲਾਈਵ ਤਸਵੀਰਾਂ ਨੇ ਔਰ ਇਹ ਬੇਹੱਦ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀਆਂ ਤਸਵੀਰਾਂ ਨੇ ਕਿਉਂਕਿ ਇਸ ਪਰਿਵਾਰ ਦੇ ਅੱਖਾਂ ਦੇ ਸਾਹਮਣੇ ਉਹਨਾਂ ਦੀ ਛੋਟੀ ਮਾਸੂਮ ਬੱਚੀ ਝੁਲਸ ਕੇ ਸੜ ਕੇ ਸਵਾਹ ਹੋ ਗਈ। ਤਾਂ ਪਰਿਵਾਰ ਦੇਖਦਾ ਰਿਹਾ ਕਿਉਂਕਿ ਪਰਿਵਾਰ ਦੇ ਹੱਥ ਬਸ ਉਦੋਂ ਕੁਝ ਨਾ ਰਿਹਾ, ਬਹੁਤ ਦੇਰ ਹੋ ਚੁੱਕੀ ਸੀ। ਪਹਿਲਾਂ ਗੱਡੀ ਦੇ ਦਰਵਾਜ਼ੇ ਲੋਕ ਹੋ ਗਏ ਸੀ ਜਿਸ ਤੋਂ ਬਾਅਦ ਇਹ ਹਾਦਸਾ ਹੋਇਆ। ਉਸ ਪਰਿਵਾਰ ਦੀਆਂ ਅੱਖਾਂ ਸਾਹਮਣੇ ਉਹਨਾਂ ਦੀ ਬੱਚੀ ਸੜ ਕੇ ਦਰਦਨਾਕ ਉਹਨਾਂ ਦੀ ਮੌਤ ਹੋ ਗਈ ਉਸ ਤਰਨਵੀਰ ਦੀ। ਤਾਂ
चीचहाड़ा सुन के वो पत्नी जिहड़ी उन्हां दी उसकी माँ है वह अपनी माँ अपनी बच्ची नूं देखती रही और उत्थे चहल चिलाउंदी रही कि मेरी बच्ची नूं कोई बचा लो। पर बहुत ही अग दियां भयानक लपटां सी जिसने पूरी तरह इस परिवार नूं झंझोड़ के रख दिता है। ये अग दियां लपटां अखां सामने हर वक्त उन्हां दे आउणगियां जदों उन्हां दी मासूम बच्ची दी उन्हां नूं याद आवेगी, क्योंकि इस दर्दनाक हादसे ने परिवार के उत्ते बहुत वड्डा कहर ढाया। तो असीं तस्वीरां लगातार दिखा रहे हैं, तुसीं लाइव तस्वीरां वेखो और सारी जानकारी एक बार फिर तो सुनो जाती है। तो भयानक तस्वीर सामने आई हैं मौके की, जी तस्वीर है जो गड्डी नूं भयानक अग लगी तो चीख चिहाड़े दे नाल उस मासूम बच्ची बुरी तरह चुलसकी, जिस तों बाद उसकी दर्दनाक मौत हो जाती है। और तस्वीर बहुत भयानक ने, पंजाब च बहुत वड्डी वारदात कही जा सकती है एक तरह की होई है। तो सारी जानकारी थोनों देने कि एक परिवार धर्मकोट आया सी अपने रिश्तेदारी से और फरीदकोट का रहने वाला परिवार सी। जदों ये परिवार वापस जा रहा सी तां अचानक तकनीकी खराब भी होण करके इस शख्स ने अपनी गड्डी साइड ते लाई, पर इन्हें नूं गड्डी नूं अग लग गई, जिस तों बाद पूरी गड्डी अग दियां लपटां च जिहड़ी है घेर लैंदी है और 4 तों 5 साल की मासूम बच्ची अग विच झुलसन कारण उसकी मौत हो जाती है। उसनू बाहर कढ़न च नाकामयाब होए। दसिया जा रहा है कि 3 बच्चे सी इस परिवारक मैंबर दे। तो टीम नू गुजारिश है कि तस्वीर दिखाइया जान जिस च अग लगी है, गड्डी नू अग लगन वाली तस्वीर दिखाई जान जिस च अग लगी है। तो मौके की तस्वीर दिखा रहे हैं, फिरोजपुर के कस्बा तलवंडी भाई के नज़दीक एक बड़ा दर्दनाक हादसा वापरिया। फिरोजपुर के पिंड कोट करोड़ के नज़दीक अचानक तुरी जाती गड्डी नू अग लग गई। गड्डी विच रहन कारण करीब 4 तों 5 साल की बच्ची दसी जा रही है इसकी दर्दनाक मौत हुई है। मेरी जानकारी अनुसार सानू पता लग्या कि गुरजीत सिंह फरीदकोट का रहने वाला है, उसका एक पुत्र ते 3 बेटियां और उसकी पत्नी वो धर्मकोट गए सी, जिस तों बाद जो वापस आ रहे थे फरीदकोट तो तलवंडी भाई दे कोल पिंड कोट करोड़ के नज़दीक उन्हां दी कार विच अचानक कोई नुक्स पै गया। जिवें ही वो अपनी कार सड़क किनारे खड़ी कर बाहर निकलिया तो अचानक कार नूं अग लग गई। कार की पिछली सीट पर बैठी उसकी पत्नी 2 लड़कियां अते एक मुंडा समेत वह गड्डी बैठे अग दौरान बाहर निकल आए, पर इस दौरान कार दियां बारियां जाम होण कारण कार की अगली सीट पर बैठी 4 तों 5 साल की मासूम बच्ची तरनवीर नाम दसया जा रहा तनु, तरनवीर उर्फ तनु नूं बाहर नहीं कढ़िया जा सकिया, वह अग की लपेट विच आउण कारण ही सड़ गई, उसकी मौत हो गई। घटना की सूचना मिलण ते मौके ते थाना तलवंडी भाई दी मुखी SHO भी पहुँचते हैं। दसया जा रहा कि पत्नी पिछले सीट ते अपने बाकी ते 3 बच्चों नूं लैके बैठी हुई सी, 2 कुड़ियां ते 1 मुंडे नूं तां उसकी पत्नी बाहर कढ़ लई, पर तरनवीर अगली सीट ते अपने पिता नाल बैठी सी जिस दी दर्दनाक मौत हो गई। बारी जिहड़े आ दरवाजे लॉक हो गए और उसनू बाहर ना कढ़ पाए, तो जिस तों बाद उसने उत्थे दम तोड़ दिता। तो क्या जावे तो बहुत वड्डा घाटा परिवार नूं जो ये पिया है, तो बेहद दर्दनाक हादसा क्या जा सकता है जो इस वक्त परिवार नूं पिया है। इसने सब नूं झंझोड़ के रख दिता है। गाड़ी दी तुसी देख सकते हो अग दियां किवें लपटां घेर रही ने, स्विफ्ट गड्डी पूरी तरह सड़ के सुआह हो जाती है। तो फायर ब्रिगेड की जिहड़ी उत्थे छोटियां मशीनां पर वह भी किसे काम ना आईयां, क्योंकि गड्डी नूं अग ही इन्नी भयानक लग चुकी सी तो फायर ब्रिगेड भी मौके पर ना पहुँच सकी और इस मासूम बच्ची की झुलस के दर्दनाक मौत हो गई, सड़ के सुआह हो गई 4 साल की ये मासूम बच्ची। तो तुसी तस्वीर देख सकते हो कितना भयानक दर्दनाक हादसा वापरिया तलवंडी दे कोल। इस दीयां लाइव तस्वीर दिखा रहे हैं, फिरोजपुर के नज़दीक ये हादसा होया है। ये परिवार धर्मकोट गया सी अपने रिश्तेदारी ते और फरीदकोट जदों वापस आ रहे सी तां उदों उन्हां दे नाल ये हादसा होया। हादसे च दस्या जा रहा है कि उन्हां दी पत्नी और उन्हां पति पत्नी और 4 बच्चे उन्हां दे, 3 बच्चों तां महफूज बचा लिया गया, पर बहुत ही वड्डा हादसा होया कि वह अपनी तरनवीर मासूम 4 साल की बच्ची नूं ना बचा सके, जिस तो बाद ये हादसा होया। तो तमाम तस्वीर भी मौके दियां लाइव दिखा रहे हैं थानू, लाइव तस्वीर ने और ये बेहद दिल नूं झंझोड़ के रख देने वाली तस्वीर ने, क्योंकि इस परिवार के अखां के सामने उन्होंने छोटी मासूम बच्ची झुलस के सड़ के सुआह हो गई। तो परिवार देखता रहा, क्योंकि परिवार के हाथ बस उदों कुछ ना रहा, बहुत देर हो चुकी सी, पहला गड्डी के दरवाजे लॉक हो गए सी, जिस तों बाद ये हादसा होया। उस परिवार की अखां सामने उन्हां दी बच्ची सड़ के दर्दनाक उन्हां दी मौत हो गई, उस तरनवीर की। तां चीख चिहाड़ा सुन के
वो पत्नी जी उन्होंने उसकी माँ है वो अपनी माँ अपनी बच्ची देखती रही और उत्थे चहल चिल्लाउंदी रही कि मेरी बच्ची कोई बचा लो, पर बहुत ही अग दियाँ भयानक लपटा सी जिसने पूरी तरह इस परिवार को झंझोड़ के रख दिता है।